ਸਾਡੇ ਸਮਾਜ ਵਿਚ ਬਹੁਤ ਸਾਰੀਆਂ ਕੁਝ ਫਾਲਤੂ ਦੀਆਂ ਰਸਮਾਂ ਨੇ ਜਿਨ੍ਹਾਂ ਨੂੰ ਬੰਦ ਕਰ ਦੇਣਾ ਚਾਹੀਦਾ। ਉਨ੍ਹਾਂ ਵਿਚ ਇਕ ਰਸਮ ਆ ਕੱਪੜਿਆਂ ਦੀ ਲੈਣ ਦੇਣ ਦੀ। ਜਦੋਂ ਵਿਆਹ ਸ਼ਾਦੀਆਂ ਦਾ ਕੋਈ ਸਮਾਗਮ ਹੁੰਦਾ ਆ, ਖੁਸ਼ੀ ਦਾ ਸਮਾਗਮ ਹੁੰਦਾ, ਤੇ ਕੁਝ ਬੀਬੀਆਂ ਜਿਹੜੀਆਂ ਨੇ ਕੱਪੜੇ ਕੁਝ ਦਿੰਦੀਆਂ ਨੇ ਤੇ ਕੁਝ ਲੈਂਦੀਆਂ ਨੇ। ਇਹ ਵਿਚਾਰੇ ਉਹ ਕੱਪੜੇ ਹੁੰਦੇ ਨੇ, ਨਾ ਕੋਈ ਸੀ ਕੇ ਸਵਾਉਂਦਾ ਤੇ ਨਾ ਇਹਨਾਂ ਨੂੰ ਕੋਈ ਪਾਉਂਦਾ। ਇਹ ਵਿਚਾਰੇ ਘੁੰਮ ਘੁੰਮ ਕੇ ਕਮਲੇ ਹੋ ਜਾਂਦੇ ਨੇ, ਤੇ ਕੀ ਇਹਨਾਂ ਨੂੰ ਇਦਾਂ ਕਰਨਾ ਚਾਹੀਦਾ? ਅੱਜ ਸਮਾਂ ਜਿਹੜਾ ਵਾ ਸਵਾਲ ਕਰਦਾ ਵੀਰੇ, ਇਹ ਸਵਾਲ ਇਸ ਕਰਕੇ ਬਣਦਾ ਕਿਉਂਕਿ ਇਹ ਰਸਮਾਂ ਵੀ ਸਾਡੇ ਸਮਾਜ ਦੀਆਂ ਤੇ ਸਾਨੂੰ ਹੀ ਇੱਥੇ ਗੱਲ ਕਰਨੀ ਪੈਣੀ। ਕਿਉਂਕਿ ਅੱਜ ਹਰ ਮਨੁੱਖ ਜਿਹੜਾ ਵਾ ਆਪਣੀ ਪਸੰਦੀਦਾ ਕੱਪੜਾ ਪਾਉਂਦਾ, ਆਪਣੀ ਪਸੰਦੀਦਾ ਰੰਗ ਪਾਉਂਦਾ, ਡਿਜ਼ਾਈਨ ਦਾ ਪਾਉਂਦਾ, ਮੌਸਮ ਦੇ ਅਕੋਰਡਿੰਗ ਪਾਉਂਦਾ ਅਤੇ ਹੋਰ ਬਹੁਤ ਸਾਰੀਆਂ ਗੱਲਾਂ ਨੂੰ ਧਿਆਨ ਵਿਚ ਰੱਖ ਕੇ ਪਾਉਂਦਾ ਤੇ ਸਵਾਉਂਦਾ ਆ। ਤੇ ਜਦੋਂ ਆਪਾਂ ਵਿਆਹ ਸ਼ਾਦੀਆਂ ਦੇ ਵਿਚ ਵੇਖਦੇ ਹਾਂ ਤੇ ਉਦੋਂ ਪੰਡਾਂ ਕੁਝ ਬੀਬੀਆਂ ਖੋਲ ਕੇ ਬਹਿ ਜਾਂਦੀਆਂ ਨੇ ਤੇ ਉਹ ਨਾ ਤੇ ਕੋਈ ਪੈਂਟਾਂ ਸ਼ਰਟਾਂ, ਨਾ ਕੋਈ ਉਹ ਕਮੀਜ਼ਾਂ, ਨਾ ਉਹ ਹੋਰ ਕੱਪੜੇ ਕੋਈ ਇਨਸਾਨ ਪਾਉਂਦਾ, ਸਿਰਫ ਮਹਿਜ਼ ਇੱਕ ਰਸਮ ਹੁੰਦੀ ਆ ਤੇ ਰਸਮ ਤੋਂ ਇਲਾਵਾ ਉਹਦੇ ਵਿਚ ਕੁਝ ਵੀ ਸੱਚਾਈ ਨਹੀਂ ਹੁੰਦੀ। ਕੋਈ ਉੱਚ ਪਿਆਰ, ਕੋਈ ਸਤਿਕਾਰ, ਕੋਈ ਆਪਣਾਪਣ ਨਹੀਂ ਹੁੰਦਾ। ਇਹ ਰਸਮ ਜਿਹੜੀ ਆ ਫੋਕੀ ਰਸਮ ਨੇ ਸਾਡੇ ਸਮਾਜ ਦੇ ਬਹੁਤ ਸਾਰੇ ਰਿਸ਼ਤਿਆਂ ਦੇ ਵਿਚ ਖਾਲੀਪਨ, ਫਿੱਕਾਪਨ ਅਤੇ ਜਿਹੜੀ ਆ ਮਤਲਬ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਖੜੀਆਂ ਕਰ ਰਹੀਆਂ ਨੇ। ਅੱਜ ਲੋੜ ਆ ਸਾਨੂੰ ਇਨ੍ਹਾਂ ਵਿਸ਼ਿਆਂ ਤੇ ਸੋਚਣ ਦੀ, ਇਨ੍ਹਾਂ ਰਸਮਾਂ ਨੂੰ ਬੰਦ ਕਰਨ ਦੀ। ਹੋ ਸਕਦਾ ਇਹ ਉਨ੍ਹਾਂ ਸਮਿਆਂ ਚ ਅੱਜ ਤੋਂ 70-75 ਸਾਲ ਪਹਿਲਾਂ ਜਿਹੜੀਆਂ ਇਹ ਰਸਮਾਂ ਚਾਲੂ ਹੋਈਆਂ ਹੋਣਗੀਆਂ ਕਿਸੇ ਚੰਗੇ ਮਕਸਦ ਲਈ। ਜਿਹੜੇ ਬਜੁਰਗ ਨੇ 70-75 ਸਾਲਾਂ ਦੇ, ਸਾਡੇ ਵੱਡੇ ਸਤਿਕਾਰਯੋਗ ਨੇ, ਉਨ੍ਹਾਂ ਨੂੰ ਪਤਾ ਕਿ ਜਦੋਂ ਪਿਛਲੇ ਸਮਿਆਂ ਦੇ ਵਿਚ ਤੇ 2 ਜਾਂ 3 ਜਾਂ 4-5 ਭਰਾ ਹੁੰਦੇ ਸੀ, ਉਨ੍ਹਾਂ ਕੋਲ ਇਕੋ ਹੀ ਕੱਪੜਾ ਹੁੰਦਾ ਸੀ ਵਧੀਆ ਪਾਉਣ ਲਈ, ਆਉਣ ਜਾਣ ਦੇ ਲਈ। ਉਹੋ ਹੀ ਉਹ ਪਾ ਕੇ ਬਦਲ ਬਦਲ ਕੇ ਜਾਂਦੇ ਸੀ ਜੇ ਕਿਸੇ ਨੇ ਜਾਣਾ ਹੁੰਦਾ। 1 ਜਾਂ 2 ਜੁੱਤੇ ਹੁੰਦੇ ਸੀ, ਉਹੋ ਹੀ ਭਰਾ ਜਿਹੜੇ ਅੜਾ ਅੜੂ ਕੇ ਲੈ ਜਾਂਦੇ। ਇਸੇ ਤਰ੍ਹਾਂ ਹੀ ਬੀਬੀਆਂ ਦੇ ਕੱਪੜੇ ਬਹੁਤ ਥੋੜੇ ਹੁੰਦੇ ਸੀ, ਉਦੋਂ ਭੈਣ ਭਰਾ ਕੱਪੜੇ ਦੇ ਦਿੰਦੇ ਸੀ ਵੀ ਚੱਲ ਕੋਈ ਜਾ ਕੇ ਸਵਾ ਕੇ ਪਾ ਲੇਗਾ। ਅੱਜ ਹਰ ਇੱਕ ਦੇ ਕੋਲ ਕੱਪੜਿਆਂ ਦੇ ਢੇਰ ਲੱਗੇ ਨੇ, ਚਾਹੇ ਉਹ ਬੱਚਾ ਆ, ਚਾਹੇ ਉਹ ਨੌਜਵਾਨ ਹੈ, ਚਾਹੇ ਉਹ ਬਜ਼ੁਰਗ ਆ, ਹਰ ਬੰਦੇ ਕੋਲ ਲੋੜ ਤੋਂ ਵੱਧ ਕੱਪੜੇ ਤੇ ਮੌਸਮ ਦੇ ਮੁਤਾਬਕ ਕੱਪੜੇ ਨੇ। ਇਸ ਕਰਕੇ ਵੀਰਿਓ ਇਹ ਜਿਹੜੀ ਰਸਮ ਹੈ ਨਾ, ਇਹਨੂੰ ਬੰਦ ਕਰ ਦੋ। ਉਹ ਜਿਹੜੇ ਵਿਚਾਰੇ ਕੱਪੜੇ ਨੇ ਘੁੰਮਦੇ ਰਹਿੰਦੇ ਨੇ, ਕਦੀ ਫਲਾਣੇ ਰਿਸ਼ਤੇਦਾਰ ਨੂੰ ਦੇ ਤੇ ਕਦੀ ਕਿਸੇ ਰਿਸ਼ਤੇਦਾਰ ਨੂੰ ਦੇ, ਤਾਂ ਫਾਇਦਾ ਕੀ ਆ? ਆਪਾਂ ਕੋਈ ਬੱਚੇ ਥੋੜਾ ਆਪਾਂ ਸਾਰੇ ਦੇ ਸਮਝਦੇ ਆ ਵੀ ਉਹ ਕਿਸੇ ਨੇ ਪਾਉਣੇ ਨਹੀਂ ਹੁੰਦੇ, ਕਿਸੇ ਨੇ ਸਵਾਉਣੇ ਨਹੀਂ ਹੁੰਦੇ, ਉਹਦੀ ਕੋਈ ਕੁਆਲਿਟੀ ਨਹੀਂ ਹੁੰਦੀ, ਉਹ ਮਤਲਬ ਸਮੇਂ ਦੇ ਮੁਤਾਬਕ ਨਹੀਂ ਹੁੰਦੇ। ਉਹ ਜਿਹੜੇ ਅੱਜ ਤੋਂ 10-10, 15-15, 5-5 ਸਾਲ ਪੁਰਾਣੇ ਕੱਪੜੇ ਉਹ ਹੀ ਘੁੰਮੀ ਜਾਂਦੇ ਰਹਿੰਦੇ ਆ, ਇੱਕ ਦੂਜੇ ਨੂੰ ਲਾ ਕੇ ਦੇਈ ਜਾਣੇ। ਇਹਦੀ ਜਗ੍ਹਾ ਨੂੰ ਬੰਦ ਕਰਕੇ ਆਪਣਾਪਣ ਕਰੋ। ਹਾਂ, ਜੇ ਕਿਸੇ ਨੇ ਕੱਪੜੇ ਦੇਣੇ ਆ ਆਪਣੇ ਭੈਣ ਭਰਾ ਨੂੰ, ਰਿਸ਼ਤੇਦਾਰ ਨੂੰ, ਉਹਨੂੰ ਨਾਲ ਲਵੋ, ਉਹਨੂੰ ਜਿਹੜੀ ਦੁਕਾਨ ਤੋਂ ਪਸੰਦ ਕਰਨੀ ਚਾਹੁੰਦਾ ਜਾਂ ਜਿਹੜੀ ਜਗ੍ਹਾ ਤੋਂ ਸ਼ੋਰੂਮ ਤੋਂ ਪਸੰਦ ਕਰਨੀ ਚਾਹੁੰਦਾ, ਉਹਨੂੰ ਖੜੋ, ਉਹਨੂੰ ਕਹਿ ਵੈਸੇ ਤੂੰ ਪਸੰਦ ਕਰ ਤੇ ਮੈਂ ਪੇਮੈਂਟ ਕਰ ਦੇਣਾ। ਇਹ ਤੇ ਕੋਈ ਗੱਲ ਹੋਈ ਨਾ, ਐਵੇਂ ਧੱਕਾ ਜਿਹਾ ਲਾਈ ਜਾਣਾ, ਮਤਲਬ ਬੇਤੁੱਕੀ, ਖਾਲੀਪਨ, ਫੁਕਰਾਪਨ, ਇਹਨੂੰ ਫੁਕਰਾਪਨ ਕਵਾਂਗੇ ਸਾਡੇ ਸਮਾਜ ਦਾ ਹਿੱਸਾ। ਆਪਾਂ ਨੂੰ ਵੀ ਇਨ੍ਹਾਂ ਗੱਲਾਂ ਵੱਲ ਸੋਚਣਾ ਚਾਹੀਦਾ। ਵੱਡੇ ਕੱਪੜੇ ਦਿੱਤੇ ਨਹੀਂ ਹੁੰਦੇ, ਵੱਡੇ ਜਿਹੜੇ ਆ ਚੰਗੇ ਕਰਮ ਤੇ ਅਗਲੇ ਨੂੰ ਸਤਿਕਾਰ ਪਿਆਰ ਦੇ ਕੇ ਵੱਡੇ ਬਣਿਆ ਜਾ ਸਕਦਾ ਆ। ਸਾਨੂੰ ਆਪਣੇ ਰਿਸ਼ਤਿਆਂ ਦੇ ਵਿਚ ਪਿਆਰ, ਸਤਿਕਾਰ, ਆਪਣਾਪਣ ਨੂੰ ਮਜ਼ਬੂਤ ਕਰਨਾ ਚਾਹੀਦਾ। ਥੋੜਾ ਕਰ ਲੋ, ਕਰੋ ਆਪਣੇ ਵਾਲਾ, ਜਿਹੜਾ ਅਗਲਾ ਤੁਹਾਨੂੰ ਯਾਦ ਕਰੇ, ਇਹ ਨਾ ਕਵੇ ਲੈ ਵੀ ਆਹ ਕੀ ਕਰ ਦਿੱਤਾ। ਮੈਂ ਤੁਹਾਡਾ ਵੀਰ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਆਸ ਕਰਦਾ ਆ ਕਿ ਆਪਾਂ ਰਲ ਮਿਲ ਕੇ ਆਪਣੇ ਸਮਾਜ ਦੀਆਂ ਜਿਹੜੀਆਂ ਸਾਡੀਆਂ ਕਮਜ਼ੋਰੀਆਂ ਨੇ ਆਪਾਂ ਇਹਨਾਂ ਨੂੰ ਦੂਰ ਕਰੀਏ, ਕਿਉਂਕਿ ਫਰਜ਼ ਸਾਡਾ, ਕਿਸੇ ਨੇ ਸਾਨੂੰ ਨਹੀਂ ਕਹਿਣ ਆਉਣਾ ਵੀ ਤੁਸੀਂ ਇੱਦਾਂ ਕਰੋ, ਆਪਾਂ ਨੂੰ ਹੀ ਕਰਨਾ ਪੈਣਾ। ਇਹ ਆਪਣਾ ਸਾਰਾ, ਸਾਰੀ ਕੌਮ, ਸਾਰੀ ਸਿੱਖ ਕੌਮ ਆਪਣਾ ਪਰਿਵਾਰ ਆ, ਆਓ ਆਪਣੇ ਪਰਿਵਾਰ ਦੇ ਵਿਚ ਚੰਗੀਆਂ ਚੰਗੀਆਂ ਗੱਲਾਂ ਨੂੰ ਕੋਸ਼ਿਸ਼ ਕਰਿਆ ਕਰੀਏ ਆਪਾਂ ਆਪਣੀ ਸੋਚ ਮੁਤਾਬਕ ਜੋੜਨ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।